नवरंग टीवी वेख रहे सारे ही दर्शकों नूं प्यार भरी सत श्री अकाल। उम्मीद है कि तुसी सारे ठीक होवोगे, तंदुरुस्त होवोगे। मैं हाँ जी मनप्रीत धामी लैके हाजिर हाँ एक प्रोग्राम एक नज़र। मैं हरमिंदर सिंह बसरा एक नज़र प्रोग्राम जिते तुहाडा स्वागत करदा हां। उत्थे नाल दी नाल असीं एक नज़र रख रहे हैं कि जो साडे आस पास वापर रहा प्रशासन की कर रहा है ते की सावधानियां सानूं जिहड़ियां वरतनियां चाहीदियां ते की सावधानियां वरतदे पए हां। कर्फ्यू ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਢਿੱਲ ਮਿਲੀ ਆ, ਕਰਫਿਊ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਤੇ ਕਿਹੜੀਆਂ ਚੀਜ਼ਾਂ ਉੱਤੇ ਪਰਚੇ ਜਿਹੜੇ ਆ ਪੂਰੇ ਆ ਜੀ। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਜਿਹੜੀ ਅੱਜ ਦੀ ਇੱਕ ਨਜ਼ਰ ਮਾਰਦੇ ਹਾਂ ਜੀ ਕੋਵਿਡ-19 ਦੀ ਰਿਪੋਰਟ ਦੇ ਉੱਤੇ। ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 237 ਜਿਹੜੇ ਹੁਣ ਤੱਕ ਉਹ ਪੋਜ਼ਿਟਿਵ ਕੇਸ ਪਾਏ ਗਏ ਨੇ, 16 ਮੌਤਾਂ ਹੋ ਚੁੱਕੀਆਂ ਨੇ, 35 ਮਰੀਜ਼ ਅਜਿਹੇ ਨੇ ਜਿਹੜੇ ਕਿ ਠੀਕ ਹੋ ਕੇ ਜਿਨ੍ਹਾਂ ਨੇ ਮਤਲਬ ਕਿ ਆਪਣੇ ਆਪ ਨੂੰ ਰਿਕਵਰ ਕਰ ਲਿਆ। ਨਾਲ ਦੀ ਨਾਲ 12,122 ਅਜਿਹੇ ਮਰੀਜ਼ ਨੇ ਜਿਨ੍ਹਾਂ ਨੂੰ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਹੈ। 1,362 ਅਜਿਹੇ ਮਰੀਜ਼ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਅੰਦਰ ਜਿਹੜਾ ਕਿ ਕੁਆਰੰਟਾਈਨ ਉਹ ਕੀਤਾ ਗਿਆ ਹੈ। ਤੇ ਉੱਥੇ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਜਿਹੜਾ ਇਹ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦਾ ਅੰਕੜਾ ਆ ਉਹ 17,000 ਤੋਂ ਜਿਹੜਾ ਕਿ ਉੱਪਰ ਜਾ ਚੁੱਕਾ ਹੈ। 17,712 ਜਿਹੜੇ ਕਿ ਕਨਫਰਮਡ ਕੇਸ ਹੁਣ ਤੱਕ ਪਾਏ ਗਏ ਨੇ ਤੇ 507 ਮੌਤਾਂ ਹੋ ਚੁੱਕੀਆਂ ਨੇ। ਤੇ ਇਸ ਦੇ ਵਿੱਚ ਜਿਹੜਾ ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਇਹ ਜਿਹੜੇ ਇਲਾਕੇ ਹੈਗੇ ਨੇ ਉਹ ਜਿਹੜੇ ਜਿੱਥੇ ਵੱਧ ਕੇਸ ਹੁਣ ਤੱਕ ਪਾਏ ਗਏ ਨੇ ਜੀ। ਤੇ ਮਨਪ੍ਰੀਤ ਇੱਥੇ ਗੱਲ ਇੱਕ ਕਰਨੀ ਪੈਂਦੀ ਹੈ ਕਿ ਇੱਕ ਮੈਂ ਇੰਟਰਵਿਊ ਸੁਣਦਾ ਪਿਆ ਸੀ ਡਾਕਟਰ ਸਹਿਬਾਨ ਨੇ ਵੁਹਾਨ ਤੋਂ ਜੀ, ਚਾਈਨਾ ਤੋਂ ਇੰਡੀਅਨ ਨੇ, ਉਹਨਾਂ ਨੇ ਅੱਗੇ ਵੀ ਉਹਨਾਂ ਦੀ ਇੰਟਰਵਿਊ ਕਾਫੀ ਵਾਇਰਲ ਹੋਈ ਸੀ ਤੇ ਹੁਣ ਵੀ ਜਿਹੜਾ ਚੈਨਲ ਚੰਗੀ ਚੱਲ ਰਹੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਇੰਡੀਆ ਲੋਕਡਾਊਨ ਹੁਣ ਖੋਲ ਦਿੰਦਾ ਹੈ ਤਾਂ ਜਿਹੜੇ 30 ਤਰੀਕ ਤੱਕ ਆ ਉਹ ਕੇਸ ਆ ਉਹ ਤਕਰੀਬਨ 30,000 ਤੋਂ 35,000 ਦੇ ਕਰੀਬ ਜਿਹੜੇ ਆ ਇੰਡੀਆ ਦੇ ਵਿੱਚ ਵੱਧ ਸਕਦੇ ਹੋ ਜਾਣਗੇ ਜਿਹੜੇ ਜੀ। ਤੇ ਜੇ ਉਹ ਲੋਕਡਾਊਨ ਰੱਖਦਾ ਆ ਔਰ ਪ੍ਰੋਪਰ ਉਹਦੀ ਪਾਲਣਾ ਹੁੰਦੀ ਆ ਫੇਰ ਵੀ ਵਧਣਗੇ ਜ਼ਰੂਰ, ਲੇਕਿਨ ਫੇਰ ਜਿਹੜੇ ਆ ਉਹ ਤਕਰੀਬਨ 19-20 ਤੋਂ ਲਾ ਕੇ 22,000 ਤੱਕ ਜਿਹੜੇ ਆ ਹੋਣਗੇ, ਲੇਕਿਨ ਸਲੋ ਚੱਲਣਗੇ। ਉਹਦੇ ਕਰਕੇ ਇਹ ਹੈ ਕਿ ਜਿਹੜਾ ਆ ਅੱਗੇ ਜਾ ਕੇ ਇਹਨਾਂ ਦੇ ਰੁਕਣ ਦੀ ਜਿਹੜੀ ਸਥਿਤੀ ਆ ਚਾਂਸਸ ਆ ਉਹ ਜ਼ਿਆਦਾ ਨੇ। ਤੇ ਇੱਕ ਉਹਨਾਂ ਦਾ ਇਹ ਕਹਿਣਾ ਸੀ ਕਿ ਬਈ ਜੇ ਉੱਥੇ ਉਹਨਾਂ ਨੇ ਤਕਰੀਬਨ 2-2.5 ਮਹੀਨੇ ਚਾਈਨਾ ਦੇ ਵਿੱਚ ਲੋਕਡਾਊਨ ਰਿਹਾ ਬਿਲਕੁਲ, ਜਿਸ ਤੋਂ ਬਾਅਦ ਉਹ ਉੱਤੇ ਕਾਬੂ ਜਿਹੜਾ ਪਾ ਸਕੇ ਤਾਂ ਇਲਾਜ ਜਿਹੜਾ ਆ ਉਹ ਇੱਕੋ ਇੱਕ ਆ ਲੋਕਡਾਊਨ। ਤੇ ਬਹੁਤ ਵਧੀਆ ਉਹਨਾਂ ਦਾ ਕਹਿਣਾ ਸੀ ਕਿ ਇੰਡੀਆ ਗਵਰਨਮੈਂਟ ਨੇ ਕੀਤਾ, ਅਗਰ ਇੰਡੀਆ ਗਵਰਨਮੈਂਟ ਇਹ ਲੋਕਡਾਊਨ ਨਾ ਕਰਦੀ ਤਾਂ ਹੁਣ ਨੂੰ ਜਿਹੜੀ ਤਦਾਦ ਆ ਉਹ ਇੰਡੀਆ ਦੇ ਵਿੱਚ ਲੱਖਾਂ ਦੇ ਵਿੱਚ ਜਿਹੜੀ ਆ ਉਹ ਗਿਣਤੀ ਜੀ। ਮਤਲਬ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿਹੜਾ ਇੰਡੀਆ ਦੀ ਇਸ ਗੱਲੋਂ ਮਤਲਬ ਕਹਿ ਲਓ ਕਿ ਸ਼ਲਾਘਾ ਕੀਤੀ ਜਾ ਰਹੀ ਕਿ ਉਹਨਾਂ ਨੇ ਸਮੇਂ ਤੋਂ ਪਹਿਲਾਂ ਜਿਹੜਾ ਕਿ ਵਧੀਆ ਸਟੈਪ ਇੱਕ ਚੱਕਿਆ, ਜਿਹੜਾ ਕਿ ਅਸੀਂ ਲੋਕਡਾਊਨ ਮਤਲਬ ਪਹਿਲਾਂ ਹੀ ਕਰ ਦਿੱਤਾ, ਕਿਉਂਕਿ ਬਾਕੀ ਮੁਲਕਾਂ ਦੇ ਵਿੱਚ ਆਪਾਂ ਦੇਖਣ 'ਚ ਆਇਆ ਕਿ ਕਿਵੇਂ ਬਹੁਤ ਸਾਰੀਆਂ ਮੌਤਾਂ ਦਾ ਜਿਹੜਾ ਅੰਕੜਾ ਪਾਰ ਹੋਣ ਤੋਂ ਬਾਅਦ ਜਿਹੜਾ ਉੱਥੇ ਲੋਕਡਾਊਨ ਆ ਉਹ ਕੀਤਾ ਗਿਆ ਜੀ। ਤੇ ਇਸੇ ਕਰਕੇ ਜਿਹੜਾ ਆ ਬਾਰ ਬਾਰ ਕਿਹਾ ਜਾਂਦਾ ਕਿ ਲੋਕਡਾਊਨ ਨੂੰ ਜਿਹੜੀ ਆ ਬਹੁਤ ਥਾਂ ਦੀ ਵੀਡੀਓ ਆਈਆਂ, ਇੱਕ ਮੇਰਠ ਦੀ ਸੀ ਜਿੱਥੇ ਉਹ ਵੀਡੀਓ ਬਣਾ ਕੇ ਬੰਦਾ ਕਹਿ ਰਿਹਾ ਸੀ ਕਿ ਮੈਨੂੰ ਲੱਗਦਾ ਵੀ ਉੱਥੇ ਕਾਰਵਾਈ ਵੀ ਹੋਈ ਹੋਏਗੀ, ਜਿਹਨੇ ਦਿਖਾਇਆ ਕਿ ਦੇਖੋ ਚੱਪਲਾਂ ਵੀ ਵਿਕ ਰਹੀਆਂ, ਮੋਬਾਈਲ ਵੀ ਵਿਕ ਰਹੇ ਆ, ਨੋਰਮਲ ਮਾਰਕੀਟ ਖੁੱਲੀ ਆ। ਉਹਦਾ ਕਹਿਣਾ ਸੀ ਕਿ ਇੰਨਾ ਜ਼ਿਆਦਾ ਰਸ਼ ਆ ਸਾਡੇ ਇੱਥੇ ਮੇਰਠ ਦੇ ਉਸ ਏਰੀਏ ਦੇ ਵਿੱਚ ਕਿ ਕੋਈ ਲੋਕਡਾਊਨ ਦਾ ਫਰਕ ਨਹੀਂ ਹੈਗਾ ਉੱਥੇ, ਤੇ ਇੰਨਾ ਜ਼ਿਆਦਾ ਰਸ਼ ਆ ਕਿ ਟ੍ਰੈਫਿਕ ਜਾਮ ਹੋਈ ਆ। ਉਹਨੇ ਵੀਡੀਓ ਦਿਖਾਈ ਨਾਲ ਕਿਤੇ ਕਾਰਾਂ, ਸਕੂਟਰ, ਮੋਟਰਸਾਈਕਲ ਤੁਰ ਕੇ ਇੰਨੇ ਜ਼ਿਆਦਾ ਲੋਕ ਸੀ ਕਿ ਆਪਾਂ ਸੋਚ ਨਹੀਂ ਸਕਦੇ ਕਿ ਲੋਕਡਾਊਨ ਆ। ਤੇ ਇੱਕ ਆਪਣੇ ਜਿਹੜਾ ਮੀਡੀਆ ਹਾਊਸ ਆ ਉਹਨਾਂ ਨੇ ਇਸ ਚੀਜ਼ ਉੱਤੇ ਟਵੀਟ ਵੀ ਕੀਤਾ ਜੋ ਵੀਡੀਓ ਨਾਲ ਪਾ ਕੇ, ਤੇ ਜਰੂਰ ਉਹਨਾਂ ਤੇ ਕਾਰਵਾਈ ਵੀ ਜਿਹੜੀ ਉੱਥੇ ਹੋਏਗੀ। ਇਸੇ ਚੀਜ਼ ਨੂੰ ਚੱਲਦਾ ਸੀ ਕਿ ਸਭ ਨੂੰ ਘੱਟ ਅਸਰ ਜਿਹੜਾ ਹੈ ਇੰਡੀਆ ਦੇ ਵਿੱਚ ਹਜੇ ਤੱਕ ਉਹ ਬਿਹਾਰ ਆ, ਲੇਕਿਨ ਉੱਥੇ ਵੀ ਜਿਹੜਾ ਹੈ ਲੋਕਡਾਊਨ ਦੀ ਪਾਲਣਾ ਨਾ ਹੋਣ ਕਾਰਨ ਚਾਂਸਿਸ ਬਣੇ ਹੋਏ ਆ ਕਿ ਜਿਹੜੀ ਇਹ ਪ੍ਰੋਬਲਮ ਆ ਉੱਥੇ ਵੱਧ ਸਕਦੀ ਹੈ। ਇਸ ਕਰਕੇ ਵਾਰ ਵਾਰ ਕਿਹਾ ਜਾਂਦਾ ਕਿ ਅਗਰ ਤੁਸੀਂ ਬਚੇ ਹੋਏ ਤਾਂ ਬਚੇ ਰਹੋ, ਤੇ ਤੁਸੀਂ ਜਿਹੜਾ ਆ ਲੋਕਡਾਊਨ ਦੇ ਵਿੱਚ ਇੰਨਾ ਨਾ ਘੁੰਮੋ ਕਿ ਬਈ ਜੇ ਤੁਸੀਂ ਗ੍ਰੀਨ ਜ਼ੋਨ ਦੇ ਵਿੱਚ ਹੋ ਤਾਂ ਉਹਦੇ ਵਿੱਚ ਇਹ ਜ਼ਰੂਰ ਆ ਕਿ ਜਿਹੜੀਆਂ ਸਿਲੈਕਟਡ ਚੀਜ਼ਾਂ ਖੁੱਲੀਆਂ ਰਹਿਣ, ਲੇਕਿਨ ਤੁਸੀਂ ਇੰਨਾ ਨਾ ਅਣਗਹਿਲੀ ਕਰੋ ਕਿ ਕੱਲ੍ਹ ਨੂੰ ਤੁਸੀਂ ਵੀ ਜਿਹੜਾ ਆ ਇਸ ਪ੍ਰੋਬਲਮ ਦੀ ਚਪੇਟ ਦੇ ਵਿੱਚ ਆ ਜਾਓ। ਸਰ ਜਿੱਦਾਂ ਪਹਿਲਾਂ ਸਮਾਂ ਜਿਹੜਾ ਲੋਕਡਾਊਨ, ਇਸ ਲੋਕਡਾਊਨ ਤੋਂ ਪਹਿਲਾਂ ਜਿਹੜੀ ਖੁੱਲ੍ਹ ਮਿਲੀ ਸੀਗੀ ਜਿਵੇਂ 2-2 ਘੰਟੇ ਦੀ, 3-3 ਘੰਟੇ ਦੀ ਸੀਗੀ ਨਾ, ਉਹਦੇ 'ਚ ਪਤਾ ਸੀ ਕਿ ਇਸ ਸਮੇਂ ਅਸੀਂ ਫਲ ਫਰੂਟ ਖਰੀਦਣਾ ਆ ਜਾਂ ਆ ਬੈਂਕਾਂ ਦਾ ਸਮਾਂ ਆ, ਜਿੱਦਣ ਦਾ ਆ ਜਿਹੜਾ ਸਵੇਰ ਤੋਂ ਮਤਲਬ 7 ਵਜੇ ਤੋਂ ਲੈ ਕੇ 12 ਵਜੇ ਤੱਕ ਖੋਲ੍ਹ ਦਿੱਤੀ ਗਈ, ਸ਼ਾਮ ਨੂੰ 6-10 ਦਿੱਤੀ ਗਈ ਜਿਹੜੀ ਖੁੱਲ੍ਹ, ਉਹਦੇ ਵਿੱਚ ਰਸ਼ ਇੰਨਾ ਜ਼ਿਆਦਾ ਆ ਨਾ ਸੜਕਾਂ 'ਤੇ, ਮਤਲਬ ਲੱਗੇ ਨਹੀਂ ਰਿਹਾ ਕਿ ਲੋਕਡਾਊਨ ਹੈਗਾ। ਕਿਉਂਕਿ ਹੁਣ ਹੋਰ ਵੀ ਜਿਹੜੀਆਂ ਦੁਕਾਨਾਂ ਜਾਂ ਹੋਰ ਕਈ ਕੁਛ ਖੁੱਲ੍ਹ ਗਿਆ ਤੁਹਾਨੂੰ ਅਸੀਂ ਦੱਸਾਂਗੇ। ਤੇ ਉੱਥੇ ਮਨਪ੍ਰੀਤ ਆਪਾਂ ਗੱਲ ਕਰਦੇ ਹਾਂ ਕਿ ਜਿੱਥੇ ਪੂਰੇ ਇੰਡੀਆ ਦੇ ਵਿੱਚ ਉਹ 6-10 ਵਜੇ ਤੱਕ ਜਾਂ ਕੁਛ ਗ੍ਰੀਨ ਜ਼ੋਨ ਦਾ
लेकिन जो ऑफिसर सहवान दे नाल मीटिंग हुई जो पंजाब दे विच गिनती जिहड़ी आ उह वधी आ बेशक जलंधर होवे मोहाली होवे लुधियाणा होवे पटियाला होवे अपना कोई भी फूड पैक करा के ट्रक वाला जां होर कोई आए अगर रोड दे उपर चल रहा है तां ओ अपना फूड पैक करा के अपने नाल लिया सकदा लेकिन बैठ के ओ कुछ नहीं कर सकदा जी। ते इस तों अलावा स्टेशनरी दीआं दुकानां एसी कूलर फैन इलैक्ट्रिकल रिपेयर ये जिहड़ियां दुकानां ने इस तों अलावा कंस्ट्रक्शन दीआं दुकानां मतलब सीमेंट रेता बजरी इट्टां वाले जिन्ने भी हैगे ने ओ 6 तों 10 बजे तक सवेरे अपनियां दुकानां खोल सकदे ने मौसम चेंज हो रहा कूलर खराब ने उस टाइम रिपेयर भी करवा सकते हैं जो किसी नवा चाहिए तो भी खरीद सकते हैं। इस संबंधी प्रवीण जी ने भी गल भी उन्होंने भी एक महीने बाद जो वर्ल्ड खोलिया जी असि एक महीने बाद खोलिया है तो अभी 6 to 10 बजे तक जो अवेलेबल है अगर किसी जरूरत हो साडे कोल आके लै सकते हैं। इस तो अलावा ट्रक जिहड़ियां रिपेयर दी हाईवे ते दुकानां है वह अपने रूटीन टाइम के खोल सकते हैं। इस तो अलावा जी खेतीबाड़ी के समान दी रिपेयर ते सेल दी जिहड़ियां दुकानां है वह भी सवेर तो लाके शाम 5 बजे तक जिहड़ियां आ वह खुल सकदियां ने जी। बहुत थां दे उत्ते जिहड़े आ मास्क ना पाउण दे उत्ते जां कर्फ्यू दी उलंघना करन दे उत्ते फगवाड़ा दे विच भी सैटरडे जिहड़े आ शनिवार बहुत सारियां FIR कीतियां गईयां जी। उस तों अलावा होर शहरां दे विच जलंधर होवे लुधियाणा होवे जां होर जगह उत्ते बहुत सारे दे उत्ते अरेस्ट तक भी कीते गए बंदे ते उहनां नूं जिहड़ी आ उहनां दी FIR करके उहनां नूं जिहड़े फाइन भी कीते गए आ ते कानूनी कारवाई बणदी आ साडे नाल कॉलर जुड़े ने जी। स्वागत है जी तुहाडा नवरंग टीवी ते। हेलो सत श्री अकाल जी किथों गल कर रहे जी आऊगा मेरा हूं। हां जी कौन बोल रहे जी। हेलो हां जी मेरी आवाज आ रही जी थानू। हां जी हां जी कौन बोल रहे जी। मैं डॉक्टर जवाहर तीर बोल रहे हैं। हां जी डॉक्टर साहब की हाल चाल जी। हां ठीक है जी मेहरबानी तो सुनाओ। बड़ी चंगी गल है जी साडे इस प्रोग्राम दे विच तुसी अपनी हाजिरी लगवा रहे हो जिथे अज की तरीक पूजन योग कुछ गिणिया जा रहा वो डॉक्टर लाइन पुलिस सफाई वाले है ना तो थोड़ी एक अहम लाइन आ जाती है। हाँ जी हाँ जी तुसी पहले एज ए सीनियर डॉक्टर तुसी साडे दर्शकों की कहना चाहते हो। देखो जी करोना जो है एक बड़ी भयानक बीमारी है जिसका दुनिया के विच अजे तक कोई इलाज नहीं मिलिया और दुनिया भर के विच इस वक्त लगभग
5 लाख तो ज्यादा लोग जड़े ने ओ इदा शिकार हो चुके ने और 1 लाख तो ऊपर लोगों की मौत हो चुकी है। ये सोच के ये देख के ही लोगों को समझ जाना चाहिए है कि यह कितनी भयानक बीमारी है और इस भयानक और भयंकर बीमारी तो बचने के वास्ते सिर्फ एक और एक इलाज है परहेज। परहेज यानी जो तुसी अपने आप नू घरां दे अंदर बंद करके रख सकते हो। दुनिया भर दे विच अज लोग इस चीज तो डरदे होए जां अपने बचाव दे वास्ते घरां दे विच बैठे ने और मेरा सुझाव यह है कि बिना जरूरत तो बिना एमरजेंसी तो कोई भी व्यक्ति अपने घर तो बाहर ना निकले। अगर तुसी निकलदे हो किसी के संपर्क चाहते हो तो थोड़ी जो जिंदगी है वह खतरे च पै सकती है। एक डॉक्टर होने के नाते मैं अपने मरीजों को खास तौर पर यह कहांगा कि अपनी दवाई जो तुसी खा रहे हो बेझिझक बिना किसी परेशानी तो बिना किसी टेंशन तो तुसी खांदे रहो और उस दवाई का पत्ता दिखा के केमिस्ट शॉप तो वह दवाई ले सकते हो। जेकर कोई नवी बीमारी है थानू गंभीर बीमारी हो जाती है तो उस संबंध के विच ता ही अपने डॉक्टर के कोल जां सिविल हस्पताल जाके उस संबंध के विच विचार करना है। यानी जी छोटी मोटी चीज है उसके लिए ये है कि डॉक्टर के कोल ना जाया जाए ताकि आप किसी के टच विच ना आ सकिए। बिल्कुल बिल्कुल बहुत जरूरी है क्योंकि अगर असि जावे अगर तुम नहीं भी शिकार है उत्थे बैठा अगर कोई और इस तरह का मरीज थानू मिल गया तो उसका थानू असर हो सकता है तुम शिकार जा सकते हो और एक खेती गलती जो है वह थानू थोड़े परिवार को या जिन्हों भी तुम मिलोगे उसनू भुगतनी पै सकती है। बिल्कुल जी। तो डॉक्टर साहब जिदा कहा जा रहा है कोई कह रहा है कि गर्म पानी पियो गरारे करो विटामिन सी दीआं चीज़ां जिहड़ियां ने ओह खाओ इदां दीआं चीज़ां बारे तुसीं की राय दिंदे हो? देखो बसरा जी गल ये है कि अज जदों के कोई एलोपैथी की दवाई इहदे विच काम नहीं कर रही समझ नहीं आ रहा वड्डे वड्डे साइंटिस्ट नूं नहीं समझ आ रहा उत्थे आयुर्वेद दे जो है जो दवाइयां जो साडियां जड़ियां बूटियां वो अज कम्यूनिटी पैदा करने के वास्ते साडा आयुष डिपार्टमेंट गवर्नमेंट ऑफ इंडिया का जो है वो भी सुजेस्ट कर रहा है। अश्वगंधा तुलसी बड़िया साधारण चीजा ने अश्वगंधा दे रोज लैन दे नाल शरीर जो इम्यूनिटी है रोग नूं लड़न दी जो ताकत है वो डिवेलप होंदी है। तुलसी पत्ते अदरक अपनी ये जिहड़ियां चीजा ने गलो इन्हां नूं तुसीं अपना एक काढ़ा बना के जंज दो चाह पीने हो उहदे विच पा के तुसीं प्रयोग कर सकते हो। गर्म पानी पीना बहुत जरूरी है ठंडी चीज कोई नहीं खानी चाहीदी उहदे नाल गले की खराश वधेगी अगर ठंडी चीज पियोगे। इहदे विच सब तो वड्डी गल इह है कि तुहानूं अपने गले का ध्यान रखना पएगा किसी तरह की कोई एलर्जी ना हो जाए। इस करके आयुर्वेद के अनुसार यह जो चीजा ने मैं दसिया तुसी इहदे नाल अपने आप नूं बचा सकते हो शरीर दे विच रोग प्रतिरोधक क्षमता जिहनूं आपां इम्यूनिटी कहने आं उच वाधा कर सकते हो। डॉक्टर साहब इहदा मतलब इह आपां कह सकते हैं कि अगर हजे तक करोना दी कोई भी इलाज नहीं निकलिया उहदा इलाज इक्को ही आ लॉकडाउन अपने आप नूं समाज जिहड़ी आ दूरी है किसे दूजे बंदे तों बना के रखो ना। जी जी सब तों पहली गल इहदे विच इही तुहाडी गल तों इह गल निकल के आई आ कि जे इस बीमारी दा इलाज नहीं हैगा लेकिन आयुर्वेद अपने इन्ना स्ट्रोंग कर लिए अपनी सेना जी अंदरले सैल आ अपनी बॉडी दे विच उन्हूं इन्ने स्ट्रोंग कर लई हो कि कल नूं अगर कोई इदां दी प्रॉब्लम जां इदां दे सैल जिहड़े आ करोना दे साडे विच आउंदे आ तां ओह साडे सैल इन्ने मजबूत होण कि उस प्रॉब्लम नूं उत्थे ही खत्म कर दें। बिल्कुल इम्यूनिटी डिवेलप करन दा मतलब ही इह हुंदा हैगा कि शरीर दे अंदर साडे अंदर इन्नी ताकत बन जाए साडे शरीर दे विच
कि उसके उत्ते कोई हमला ना बाहरली ताकत कर सके। बाहरली ताकत वायरस ही होता है, होर तो कुछ नहीं है। उस वायरस तो बचन के वास्ते इम्यूनिटी का होना बहुत जरूरी है और ये चीजा जो ने बहुत फायदेमंद है। डॉक्टर साहब, जो 23 लाख तो वध इस टाइम रोगी ने इस चीज के पूरी दुनिया के 1,67,000 तो उपर मौत हुई ने, एड्डी भयानक बीमारी है। ते तुसीं की सोचदे आ कि जो इंडियन गवर्नमेंट वालों जो ये स्टैप लाए गए ने लॉकडाउन के, पंजाब गवर्नमेंट या इंडियन गवर्नमेंट लैके चलते सब कुछ बेच आ जाता, तो जो ये स्टैप लाए गए ने वो किन्ने कारगर ने? देखो जी, मैं समझदा कि जिन्हें समय सिर साड़ी गवर्नमेंट ने, चाहे वह पंजाब की है चाहे सेंट्रल गवर्नमेंट, जब तुम किया वो जो स्टैप लाए गए ने बड़े टाइमली लाए गए ने। अगर इस दे विच थोड़ा जिहा भी लेट हो जाता तो बहुत वड्डी नुकसान हो सकता सी। और अज भी अगर लॉकडाउन खोल दिता गया जल्दी या लोगों ने यदि अवज्ञा की, साढ़े देश दे विच जो कम्यूनिटी लैवल दे उत्ते हले तक करोने का असर नहीं होया, और हो सकता अगर कितने रब ना करे ये हो गया तो हिंदुस्तान दे विच शायद, परमात्मा ना करे फिर मैं कह रहा, क्योंकि साढ़े दे कोल कोई साधन नहीं है। साढ़े लोग जिस हालात च रहिंदे ने, गरीब लोग, यूपी का एक बहुत वड्डा हिस्सा अगर आप ले लीए, पंजाब दे विच भी बहुत सारिया जगह ने जिथे गरीब लोगों दियां इहो जिहियां बस्तियां ने जिथे तक दवाई जां किसे तरह होर नहीं पहुंच हो सकती। अगर वह कितने रब ना करे हो गया तो बहुत वड्डी गिनती दे विच इत्थे सानू कोरोना दे मरीजां नू लाशां नूं सांभना पएगा। परमात्मा ना करे, मैं फिर कह रहा हां, क्योंकि जिहड़ियां डेवलप कंट्री ने जिथे आपां सब नूं वध साधन कहिंदे आ उत्थे मौत दी दर जिहड़ी आ ते बाकी जिहड़ी प्रॉब्लम बहुत ज्यादा ने। ते इत्थों तक किहा गया, मेरी यूके भी डॉक्टर दे नाल गल होई आ, ट्राले हुंदे आ ओह आंदे आ लाशां भर के लै जांदे आ। जी हां, बिलकुल हद गए हाल है जी। हां चलो, बड़ी वड्डी ट्रेजडी आ है। ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇੱਦਾਂ ਦੀਆਂ ਅਲਾਮਤਾਂ ਤੋਂ, ਇੱਦਾਂ ਦੀਆਂ ਪੋਜੀਸ਼ਨਾਂ ਤੋਂ ਸਾਡੇ ਦੇਸ਼ ਨੂੰ, ਸਾਡੀ ਕੌਮ ਨੂੰ ਜਿਹੜਾ ਹੈ ਉਹ ਬਚਾ ਕੇ ਰੱਖੇ। ਬਿਲਕੁਲ ਬਸਰਾ ਜੀ, ਬਹੁਤ ਸ਼ੁਕਰੀਆ ਜੀ, ਸ਼ੁਕਰੀਆ। ਦੇਖੋ ਡਾਕਟਰ ਸਾਹਿਬ ਨੇ ਕਿੰਨੀਆਂ ਕਿੰਨੀਆਂ ਗੱਲ ਕੀਤੀਆਂ ਕਿ ਆਯੁਰਵੇਦ ਦੇ ਨਾਲ ਅਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਕਰ ਸਕਦੇ ਹਾਂ ਕਿ ਅਗਰ ਸੈੱਲ ਕੋਈ ਸਾਡੇ ਵਿੱਚ ਐਂਟਰ ਕਰਦਾ ਤਾਂ ਅਸੀਂ ਉਹਨੂੰ ਜਿਹੜਾ ਆ ਲੜ ਸਕਦੇ ਹਾਂ, ਲੜ ਕੇ ਅਸੀਂ ਉਹਨੂੰ ਹਰਾ ਸਕਦੇ ਹਾਂ। ਸਰ ਇਸ ਸਮੇਂ ਜਿਹੜੇ ਡਾਕਟਰ ਨੇ ਉਹ ਦਿਨ ਰਾਤ ਇੱਕ ਕਰ ਰਹੇ ਨੇ, ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਵਿਦੇਸ਼ਾਂ ਦੀ ਗੱਲ ਕਰੀਏ, ਸਾਰੇ ਪਾਸੇ ਜਿਹੜੇ ਡਾਕਟਰ ਆ ਇਸ ਸਮੇਂ ਮਤਲਬ ਮੋਹਰੇ ਹੋ ਕੇ ਜਿਹੜਾ ਕਿ ਕੰਮ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਤੋਂ ਬਿਨਾਂ ਇਸ ਬਿਮਾਰੀ ਦਾ ਹੋਰ ਕੋਈ ਹੱਲ ਨਹੀਂ ਹੈਗਾ। ਬਿਲਕੁਲ, ਹੈ ਨਾ। ਤੇ ਉੱਥੇ ਹੀ ਸਰ ਅਮਰੀਕਾ ਦੇ ਵਿੱਚ ਜਿਹੜੇ ਕਿ 10,000 ਤੋਂ ਵਧੇਰੇ ਡਾਕਟਰ ਨੇ ਜਿਹੜੇ ਇਸ ਬਿਮਾਰੀ ਦੇ ਪੀੜਤ ਹੋ ਚੁੱਕੇ ਨੇ। 10,000 ਤੋਂ ਕਿੰਨਾ ਮਤਲਬ ਵੱਡਾ ਅੰਕੜਾ, ਜੇਕਰ 10 ਦੇ ਵਿੱਚੋਂ ਅਸੀਂ ਪੁਆਇੰਟ ਕੱਢਨੇ ਹੁਣ ਤਾਂ ਸਿਰਫ 4.4 ਡਾਕਟਰ ਹੀ ਅਜਿਹੇ ਨੇ ਜਿਹੜੇ ਕਿ ਇਸ ਵਾਇਰਸ ਦੀ ਲਪੇਟ ਵਿੱਚ ਆ ਰਹੇ ਨੇ। ਜਿੱਥੇ ਇੰਨੇ ਵੱਧ ਮਰੀਜ਼ ਹੋਣਗੇ ਹਨਾ, ਜੋ ਡਾਕਟਰਸ ਨੇ ਉਹਨਾਂ ਦਾ ਇਲਾਜ ਕਰਨਾ ਆ, ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਤਾਂ ਇਦਾਂ ਦੀ ਹੋ ਹੀ ਜਾਣੀ ਆ, ਹੋ ਹੀ ਜਾਂਦੀ ਹੈ। ਐਮਰਜੈਂਸੀ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਦੂਜੇ ਜਦੋਂ ਉਹਦੀ ਡਿਊਟੀ ਹੈ ਡਾਕਟਰ ਦੀ ਕਿ ਪੇਸ਼ੈਂਟ ਨੂੰ ਬਚਾਉਣਾ, ਕਈ ਵਾਰੀ ਬਚਾਉਂਦੇ ਬੰਦਾ ਕਿਤੇ ਕਿਤੇ ਗਲਤੀ ਕਰਕੇ ਉਸਦੇ ਟੱਚ ਵਿੱਚ ਚਲ ਜਾਂਦਾ, ਉਹ ਜਿਹੜੇ ਸੈੱਲ ਆ ਉਹ ਉਹਦੇ ਅੰਦਰ ਕਿਸੇ ਵੀ ਤਰੀਕੇ ਨਾਲ ਹੈ। ਤੇ ਸਰ ਉੱਥੇ ਜੇਕਰ ਅਸੀਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਗੱਲ ਕਰੀਏ, ਜਿਹੜੇ DGP ਹੈਗੇ ਨੇ ਦਿਨਕਰ ਗੁਪਤਾ, ਉਹਨਾਂ ਵੱਲੋਂ ਇੱਕ ਜਿਹੜਾ ਕਿ ਪਹਿਲ ਕੀਤੀ ਗਈ ਹੈ ਕਿ ਜਿਹੜਾ 55 ਸਾਲ ਤੋਂ ਉਮਰ ਤੋਂ ਵਧੇਰੇ ਨੇ ਜਿਹੜੇ ਪੁਲਿਸ ਦੇ ਵਿੱਚ, ਉਹਨਾਂ ਨੂੰ ਜਿਹੜਾ ਆ ਮਤਲਬ ਕਹਿੰਦੇ ਕਿ ਪਹਿਲੀ ਲਾਈਨ ਕਤਾਰ ਜਿਹੜੀ ਉਹਨਾਂ ਦੀ ਐਮਰਜੈਂਸੀ ਕਤਾਰ ਹੁੰਦੀ, ਉਹਦੇ ਵਿੱਚ ਉਹਨਾਂ ਨੂੰ ਡਿਊਟੀ ਜਿਹੜੀ ਹੁਣ ਨਹੀਂ ਕਰਨ ਦਿੱਤੀ ਜਾਊਗੀ, ਤੇ ਨਾ ਹੀ ਜਿਹੜੀ ਸਿਹਤ ਪੱਖੋਂ ਜਿਹੜੇ ਨਹੀਂ ਤੰਦਰੁਸਤ ਹੈਗੇ, ਹੈ ਨਾ। ਇਹ ਵੀ ਇੱਕ ਬਹੁਤ ਵਧੀਆ ਜਿਹੜਾ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ, ਕਿਉਂਕਿ ਉਹਨਾਂ ਨੇ ਦਿਨ ਰਾਤ ਸੜਕਾਂ 'ਤੇ ਰਹਿਣਾ, ਤੇ ਜਿਹੜਾ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਪੀੜਤ ਆ ਉਹਨੂੰ ਜਿਹੜੀ ਇਹ ਬਿਮਾਰੀ ਉਹ ਜਲਦੀ ਕੈਚ ਕਰਦੀ ਆ, ਹੈ ਨਾ। ਇੱਥੇ ਮਨਪ੍ਰੀਤ, ਮੈਂ ਇੱਕ ਤੁਹਾਨੂੰ ਹੋਰ ਨਾਲ, ਚਲੋ ਇਸ ਚੀਜ਼ ਦੇ ਨਾਲ ਰਿਲੇਟਡ ਆ, ਮੈਂ ਇੱਕ ਵੀਡੀਓ ਵਾਇਰਲ ਹੋਈ ਆ, ACP ਜਿਹੜਾ ਦੀ ਡੈਥ ਹੋਈ ਆ ਜੀ, ਉਹਨਾਂ ਦੀ ਨਾਲ ਵੀਡੀਓ ਵਾਇਰਲ ਹੋਈ ਆ ਕਿ ਉਹ ਕਿੱਦਾਂ ਇੱਕ ਰਿਕਸ਼ੇ ਦੇ ਵਿੱਚ ਅਨਾਜ ਨੂੰ ਰੱਖ ਕੇ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਨੇ, ਕਿੱਦਾਂ ਸੇਵਾ ਕਰ ਰਹੇ ਨੇ ਨਾ। ਤੇ ਮੈਂ ਉਹਨਾਂ ਨੂੰ ਸ਼ਹੀਦ ਕਹਾਂਗਾ ਕਿ ਕਰੋਨਾ ਦੀ ਜੰਗ ਵਿੱਚ ਸ਼ਹੀਦ ਹੋਏ, ਕਿਉਂਕਿ ਅੱਗੇ ਹੋ ਕੇ ਉਹ ਲੜਦੇ ਪਏ ਸੀ, ਲੇਕਿਨ ਜੋ ਪੂਰੀ ਆ ਉਹਨਾਂ ਦਾ ਕਿੱਦਾਂ ਸੰਸਕਾਰ ਹੋਇਆ, ਤੇ ਉਹ ਇੱਕ ਵੀਡੀਓ ਸਾਡੇ ਕੋਲ ਹੈ, ਮੈਂ ਜ਼ਰੂਰ ਚਾਹੁੰਦਾ ਹਾਂ ਕਿ ਸਾਡੇ ਦਰਸ਼ਕ ਜਿਹੜੇ ਆ ਉਹ ਜ਼ਰੂਰ ਉਸ
वीडियो में देखा जी। लुधियाना के एसीपी अनिल कोहली जिन्हों का बीते दिन कोरोना वायरस की बीमारी नाल देहांत हो गया सी। जिस तो बाद एसीपी कोहली की वीडियो भी वायरल हुई है जिस विच एसीपी अनिल कोहली रिक्शे के उपर राशन रख के जरूरतमंद परिवारों नू खुद घर घर राशन पहुँचा रहे हैं अते एक बहादुर योधे वांग करोना खिलाफ ये जंग अगे होके लड़ रहे सन पर वह करोना की इस जंग विच शहीद हो गए। एसीपी अनिल कोहली नू लुधियाना विखे पूरे सरकारी सन्माना नाल अंतिम विदायगी दिती गई। इस मौके पंजाब पुलिस के जवानों वालों एसीपी अनिल कोहली नू सलामी दिती गई। Thank you.
इंसान नूं अजिहे काम करने चाहिए ने जिहड़े कि उन्हां दे जींदे जी वी लोकी उन्हां दीआं सिफतां करन ते मरन तों बाद वी अजिही छाप छड्ड जाण कि लोकी उन्हां बारे जिहड़ियां चंगीआं ओह गल्लां करन। इन्हां चों इक सन ACP अनिल कोहली साहब जिन्हां ने करोना तों पीड़ित होकर जिहड़ी उन्हां दी मौत हो गई है शनिवार नूं। ते सर इत्थे इह वी हैगा कि उन्हां दे वल देख के जिहड़ा पंजाब पुलिस दा जिहड़ा स्टैप चक्किआ गिआ कि 55 साल तों वध जिहड़ा हाँ क्योंकि इह पहलां तों जिहड़ा थोड़ा जिहा सिहत संबंधी इन्हां नूं मुश्किलां सन, थोड़ा बीमार सन, फिर भी बीमारी दे बावजूद तुसीं इह देखो जिथे अपनी ड्यूटी निभा रहे सी तनदेही नाल उत्थे ही इक योधे वांगू जिहड़ा कि जमीनी पद्धर ते लोकां दी जिहड़ी इक चंगी हैल्प वी जिहड़ी कर रहे सी, लोड़वंदां नूं जिहड़े राशन वंड रहे सी, वीडियो आपां देखी आ, मतलब कह लो कि एक वधिया सुनेहा समाज दे विच जिहड़ा छड्ड के गए ने, छाप अपनी वधिया छड्ड के गए ने जी, बहुत अच्छी सेवा कर रहे थे ते इहो जिहे लोक जिहड़े ने समाज दे विच सानू इन्हां दी बहुत ज्यादा लोड़ हुंदी है, जिहदे करके समाज जिहड़ा आ ठहराव दे विच जिहड़ा आ जी। हाँ तो चीन के जिहड़ा कि 19 मार्च में चीन के एक ऐलान किया गया सी कि 3.10 करोड़ सिम कार्ड जिहड़े उह गायब हो गए आ ते लैंडलाइन किन्ने हज़ार जिहड़े बंद हो चुके हैं। तो उन्होंने हुण जिहड़ा विज्ञानियों वालों ये जिहड़ा कि एक खदशा जताया जा रहा कि जिहड़े 3.10 करोड़ सिम कह रहे हैं ना कि गुआचे हुए आ, ये उन्होंने मरीजों का है जिहड़े कि इस वायरस करके मर चुके हैं जी। स्वागत है जी थोड़ा नवरंग टीवी ते। हैलो नमस्कार जी, मैं राकेश वांगा बोल रहा जी। जी स्वागत है जी थोड़ा। हाँ जी बसरा जी और मैडम सामी जी थोड़ा बहुत बहुत धन्यवाद तुसीं मैनूं इस चैनल दे विच लिया ਤੇ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ, ਤੁਹਾਡਾ ਚੈਨਲ ਦੇ ਰਾਹੀਂ ਸਾਨੂੰ ਬੜਾ ਕੁਝ ਪਤਾ ਲੱਗ ਰਿਹਾ ਵਾ ਜਿਹੜੀ ਲੋਕਾਂ ਦੀ ਪ੍ਰੋਬਲਮ ਤੁਸੀਂ ਇਸ ਚੈਨਲ ਨਾਲ ਹੀ ਬੜਾ ਹੱਲ ਕਰ ਰਹੇ ਹਾਂ। ਉਸ ਤੋਂ ਬਾਅਦ ਮੈਂ ਪ੍ਰਸ਼ਾਸਨ ਦੀ ਔਰ ਡਾਕਟਰ ਸਵਾਨ ਦੀ ਔਰ ਪੁਲਿਸ ਦੀ ਕੈਪਟਨ ਸਾਹਿਬ ਦੀ ਮੋਦੀ ਸਾਹਿਬ ਦੀ ਨੂੰ ਵੀ ਵਧਾਈਆਂ ਦੇਣਾ ਚਾਹੁੰਦਾ ਵਾਂ ਕਿਉਂਕਿ ਉਹਨਾਂ ਕਰਕੇ ਇਹ ਕਰੋਨਾ ਨੂੰ ਬੜਾ ਰੋਕ ਰਹੇ ਆ ਤੇ ਬੜਾ ਸਾਡਾ ਖਿਆਲ ਰੱਖ ਰਹੇ ਸਾਡੀ ਪਬਲਿਕ ਦਾ ਜੀ। ਤੇ ਜਿਸ ਕਰਕੇ ਮੈਂ ਇੱਕ ਫੋਨ ਬੁਲਾਇਆ ਵਾ ਉਹ ਮੈਂ ਕੁਐਸਚਨ ਕਰਨਾ ਚਾਹੁੰਦਾ ਜੀ, ਜਾਇਜ਼ ਹੋਵੇ ਤਾਂ ਮੈਂ ਕਰਾਂ ਜੀ। ਬਿਲਕੁਲ ਜੀ ਬਿਲਕੁਲ। ਬਸਰਾ ਜੀ ਕੈਪਟਨ ਸਾਹਿਬ ਨੇ ਕੱਲ ਕਿਹਾ ਸੀਗਾ ਕਿ ਕੁਛ ਟਾਈਮ ਤੇ ਦੁਕਾਨਾਂ ਖੁੱਲਣਗੀਆਂ, ਜਿਸ ਤਰ੍ਹਾਂ ਕਿਸੇ ਨੂੰ 3 ਵਜੇ ਦਾ ਟਾਈਮ ਦਿੱਤਾ ਸੀ, ਕਿਸੇ ਨੂੰ 2 ਵਜੇ ਦਾ ਦਿੱਤਾ ਸੀਗਾ। ਹਾਂਜੀ ਹਾਂਜੀ। ਲੇਕਿਨ ਉਹਦੇ ਬਾਰੇ ਅੱਜ ਵੀ ਪੂਰਾ ਹਜੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਕਿ ਹਜੇ ਹੈ ਕਿ ਨਹੀਂ ਹੈ, ਮੈਨੂੰ ਗਿਆਨ ਨਹੀਂ ਹੋਇਆ ਪੂਰਾ ਉਹਦੇ ਬਾਰੇ। ਮੇਰੀ ਇਹੀ ਬੇਨਤੀ ਹੈ ਕਿ ਪ੍ਰਸ਼ਾਸਨ ਨੂੰ ਉਹਦੇ ਬਾਰੇ ਪੂਰਾ ਗਿਆਨ ਦਿੱਤਾ ਜਾਵੇ ਲੋਕਾਂ ਨੂੰ, ਦੁਕਾਨਾਂ ਦਾ ਟਾਈਮ ਕੀ ਹੈਗਾ ਸਹੀ ਮੈਨੇ, ਲੇਕਿਨ ਡਿਪਟੀ ਕਮਿਸ਼ਨਰ ਆਪਣੇ ਤੌਰ ਦੇ ਉੱਤੇ ਕਰ ਸਕਦੇ ਸੀ, ਜਿਨ੍ਹਾਂ ਨੇ ਕਿਤਾਬਾਂ ਦੀਆਂ ਦੁਕਾਨਾਂ ਸਟੇਸ਼ਨਰੀ ਕਿਤਾਬਾਂ ਦੀਆਂ ਦੁਕਾਨਾਂ AC ਪੱਖੇ ਕੂਲਰ ਉਸ ਤੋਂ ਇਲਾਵਾ ਜਿਹੜੀਆਂ ਕੰਸਟਰਕਸ਼ਨ ਆਪਾਂ ਰੇਤਾ ਬਜਰੀ ਵਾਲੇ ਕਹਿ ਸਕਦੇ ਹਾਂ, ਇੱਦਾਂ ਦੀਆਂ ਦੁਕਾਨਾਂ ਜਾਂ ਖੇਤੀ ਦੇ ਸੰਦਾਂ ਦੇ ਸੰਬੰਧ ਵਿੱਚ ਰਿਪੇਅਰ ਵਾਲੀਆਂ ਦੁਕਾਨਾਂ ਜਾਂ ਇਹ ਕਹਿ ਸਕਦੇ ਹਾਂ ਕਿ ਟਰੱਕਾਂ ਦੀ ਰਿਪੇਅਰ ਵਾਲੀਆਂ ਦੁਕਾਨਾਂ, ਇਹਨਾਂ ਨੂੰ ਜਿਹੜੀ ਆ ਉਹ ਟਾਈਮ ਟੂ ਟਾਈਮ ਜਿਹੜੀ ਆ ਉਹ ਖੁੱਲ੍ਹ ਦਿੱਤੀ ਆ, ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਦੁਕਾਨ ਕਿਸੇ ਵੀ ਬਿਜ਼ਨਸ ਕਿਸੇ ਵੀ ਕੰਮ ਲਈ ਜਿਹੜੀ ਆ ਉਹ ਖੁੱਲ੍ਹ ਨਹੀਂ ਦਿੱਤੀ ਗਈ। ਹਾਂਜੀ ਚਲੋ ਬਹੁਤ ਅੱਛਾ ਜੀ ਇਸ ਗੱਲ ਦਾ, ਲੇਕਿਨ ਕਈ ਲੋਕਾਂ ਨੂੰ ਇਹਦੇ ਬਾਰੇ ਨਹੀਂ ਪੂਰਾ ਪਤਾ ਚੱਲਿਆ, ਹੁਣ ਇਸ ਚੈਨਲ ਲਈ ਅੱਜ ਹੋਰ ਪਤਾ ਲੱਗ ਜਾਏਗਾ ਤੇ ਬਸ ਇਹਦੇ ਬਾਰੇ ਹੀ ਗੱਲ ਕਰਨੀ ਸੀਗੀ। ਤੇ ਤੁਸੀਂ ਇੱਕ ਇਹ ਕਹਿ ਸਕਦੇ ਹੋ ਮਿਡਲ ਕਲਾਸ ਸ਼ਾਪਕੀਪਰ ਹੋ ਤੇ ਇੱਕ ਮਿਡਲ ਕਲਾਸ ਫੈਮਿਲੀਜ਼ ਦੇ ਵਿੱਚੋਂ ਆ ਜਾਂਦੇ ਹੋ, ਠੀਕ ਆ ਜਾਂਦਾ ਕਿ ਤੁਸੀਂ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਜਿਹੜੀਆਂ ਦੁਕਾਨਾਂ ਨੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਇਸ ਟਾਈਮ ਜਿਹੜਾ ਆ ਕੀ ਪੋਜੀਸ਼ਨ ਆ ਉਸ ਉਹਨਾਂ ਦੁਕਾਨਦਾਰਾਂ ਦੀ ਘਰ ਵਿੱਚ ਬੈਠ ਕੇ? ਦੇਖੋ ਜੀ ਦੁਕਾਨਦਾਰਾਂ ਦੀ ਪੋਜੀਸ਼ਨ ਜੀ ਦੇਖਿਆ ਜਾਵੇ ਤਾਂ ਬਿਮਾਰੀ ਮੋਰੇ ਤਾਂ ਕੁਛ ਵੀ ਖਰਾਬ ਨਹੀਂ ਹੈਗੀ, ਜੋ ਬਿਮਾਰੀ ਫੈਲ ਰਹੀ ਆ ਉਹਨੂੰ ਬਚਾਉਣ ਲਈ ਦੁਕਾਨਾਂ ਬੰਦ ਕੀਤੀਆਂ ਗਈਆਂ, ਤਾਂ ਇਹ ਬਹੁਤ ਵੱਡਾ ਵਧੀਆ ਕੰਮ ਕੀਤਾ ਗਿਆ ਵਾ। ਦੁਕਾਨਦਾਰ ਦਾ ਨੁਕਸਾਨ ਤਾਂ ਹੈਗਾ ਹੀ ਹੈਗਾ, ਲੇਕਿਨ ਜੇ ਅਸੀਂ ਬਿਮਾਰੀ ਦੇ ਵਿੱਚ ਲੱਗੇ ਤੇ ਦੁਕਾਨਦਾਰੀ ਕਰਨ ਦਾ ਕੀ ਫਾਇਦਾ ਹੋਊਗਾ? ਤੇ ਪਰ ਉਹ ਪ੍ਰਮਾਤਮਾ ਹੈਗਾ ਵਾ ਜੀ, ਸਾਡੀਆਂ ਦੁਕਾਨਦਾਰੀਆਂ ਬੰਦ ਆ ਤੇ ਅਸੀਂ ਠੀਕ ਰਵਾਂਗੇ ਤੇ ਕੱਲ੍ਹ ਫਿਰ ਦੁਕਾਨਦਾਰੀ ਹੋਰ ਵਧੀਆ ਕਰਕੇ ਆਪਣੇ ਆਪ ਨੂੰ ਜਾਵਾਂਗੇ ਤੇ ਕੰਮ ਵਧੀਆ ਕਰਾਂਗੇ, ਹੋਰ ਪੈਸੇ ਕਮਾ ਲਵਾਂਗੇ। ਸਭ ਤੋਂ ਪਹਿਲਾਂ ਸਿਹਤ ਚਾਹੀਦੀ ਆ, ਪ੍ਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਵਾ ਤੇ ਫਿਰ ਹੀ ਕੰਮ ਕਰ ਸਕਾਂਗੇ ਜੀ। ਲੋਕਡਾਊਨ ਦਾ ਸਮਾਂ ਘਰ ਦੇ ਵਿੱਚ ਕਿੱਦਾਂ ਬੀਤ ਰਿਹਾ? ਬੜਾ ਵਧੀਆ ਬੀਤ ਰਿਹਾ ਜੀ, ਜਿਹੜੇ ਕੰਮ ਨਹੀਂ ਕਰੀ ਕੀਤੇ ਸੀ ਉਹ ਵੀ ਕਰਨੇ ਸਿੱਖ ਲਏ ਆ। ਉਹ ਕਿਹੜੇ ਕਿਹੜੇ ਤੇ? ਹਾਂਜੀ ਜਿਹੜਾ ਹੁਣ ਕਈ ਵਾਰੀ ਵਾਈਫ ਨਾਲ ਹੈਲਪ ਨਹੀਂ ਕੀਤੀ ਸੀ ਉਹ ਵੀ ਸਿੱਖ ਲਈ ਕਿੱਦਾਂ ਕਰੀਦੀ ਆ ਜੀ। ਬਿਲਕੁਲ, ਨਾਲੇ ਪਤਾ ਲੱਗ ਜਾਂਦਾ ਜੀ ਘਰ ਬੈਠ ਕੇ ਕੀ ਮਾਹੌਲ ਬਣਦਾ ਤੇ ਇੱਕ ਸਿੰਪਲ ਲਾਈਫ ਜੀਣ ਦਾ ਢੰਗ ਵੀ ਆ ਗਿਆ ਜੀ, ਕਿ ਅਸੀਂ ਬੜੀ ਸਿੰਪਲ ਲਾਈਫ ਜੀਣ ਦਾ ਢੰਗ ਸਿੱਖ ਸਕਦੇ ਸੀਗੇ ਤੇ ਕਈ ਲੋਕ ਐਵੇਂ ਅਸੀਂ ਕਹਿੰਦੇ ਕਿ ਅਸੀਂ ਬਾਹਰ ਜਾ ਕੇ ਖਾਣਾ ਖਾਂਦੇ ਹਾਂ ਅਸੀਂ ਉਹ ਕਰਦੇ ਹਾਂ, ਪਰ ਘਰ ਵਿੱਚ ਬੈਠ ਕੇ ਅਸੀਂ ਖਾਧਾ ਤੇ ਸਾਨੂੰ ਰੱਬ ਦੀ ਕਿਰਪਾ ਨਾਲ ਕੋਈ 2 ਮਹੀਨੇ 'ਚ ਡਾਕਟਰ ਕੋਲ ਜਾਣਾ ਨਹੀਂ ਪਿਆ। ਨਹੀਂ ਤਾਂ ਆਮ ਅਸੀਂ ਬਾਹਰਲਾ ਫੂਡ ਖਾਂਦੇ ਜਾਂ ਕੁਛ ਘੁੰਮਦੇ ਫਿਰਦੇ ਹਾਂ ਤੇ ਜੇ ਕੁਛ ਕਰਦੇ ਉਹਨਾਂ ਲਈ ਸਾਨੂੰ ਹਰ ਵੇਲੇ ਡਾਕਟਰ ਕੋਲ ਜਾਣਾ ਪੈਂਦਾ ਵਾ। ਤੇ ਚਲੋ ਇੰਜੋਇਮੈਂਟ ਤਾਂ ਬਣਿਆ ਬਣਿਆ ਵਾ, ਲੇਕਿਨ ਇਹਦੇ ਵਿੱਚ ਸਿੰਪਲ ਲਾਈਫ ਨਾਲ ਬੰਦਾ ਜ਼ਿਆਦਾ ਵਧੀਆ ਜੀ ਸਕਦਾ ਵਾ। ਬਿਲਕੁਲ ਬਿਲਕੁਲ।
बहुत अच्छे विचार जी थोड़े, धन्यवाद कॉल करने लई बंगा जी। देखो इन्होंने भी उही दस्सिया कि घर दे विच बैठ के भी एक अलग ढंग दे नाल, तुसीं इह नहीं कि ओह रेस्टोरेंट दे विच जा खा के अपना स्वाद ना, घर दे विच बैठ के भी अलग अलग तरह दी चीजां खादियां जा सकदियां, घर हेल्प कीती जा सकदी है, किद्दां फैमिली विच बैठ के समां बतीत करना, बहुत समां मिल जांदा बहुत कुछ करन दा। इत्थे इही है कि कुदरत ने सानू कह लो कि अपना असर साडे ते छड्ड दित्ता। बिलकुल, असीं कुदरत नूं जिथे कुछ नहीं सी समझ रहे, असीं कुदरत नाल खिलवाड़ कर रहे सी, उत्थे कुदरत ने किसे ना किसे तरीके सानू साडे लई चंगा भी कीता कि असीं घर दे विच रह के अपने परिवार दी वैल्यू समझ गए हां। असीं इह समझ गए कि असीं सिर्फ ते सिर्फ सानू अपना ढिड पालन दे लई दो रोटियां ही जिहड़ियां जरूरी ने, होर सारा कुछ बंद हो गया। ਉਹਨੂੰ ਕਿਸੇ ਵੀ ਹੈਲਪ ਦੇ ਲਈ ਕਿਸੇ ਵੀ ਗਵਾਂਢੀ ਨੇ ਜਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਅਤੇ ਜਿਸ ਤੋਂ ਬਾਅਦ ਉਹਨਾਂ ਨੇ ਐਂਬੂਲੈਂਸ ਨੂੰ ਕਾਲ ਕੀਤੀ, ਉਹ ਵੀ ਕਾਫੀ ਦੇਰ ਨਹੀਂ ਆਈ, ਫਿਰ ਪੁਲਿਸ ਨੇ ਆ ਕੇ ਉਹਨਾਂ ਨੂੰ ਜਿਹੜਾ ਆ ਹੋਸਪਿਟਲ ਪਹੁੰਚਾਇਆ, ਅਤੇ ਤਾਂ ਜਾ ਕੇ ਉਹ ਹੋਸਪਿਟਲ ਜਾ ਕੇ। ਅਤੇ ਇਹ ਅੱਜ ਕੱਲ੍ਹ ਇਹੋ ਜਿਹੀਆਂ ਜਿਹੜੀਆਂ ਖਬਰਾਂ ਬਹੁਤ ਜ਼ਿਆਦਾ ਆ ਰਹੀਆਂ ਨੇ, ਇਸ ਕਰਕੇ ਇੱਕ ਜਿਹੜਾ ਐਪ ਵੀ ਬਣਾਇਆ ਗਿਆ ਗਰਭਵਤੀ ਲੇਡੀਜ਼ ਦੇ ਲਈ, ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਿਲ ਆਵੇ ਤਾਂ ਉਸ ਐਪ ਦੇ ਜ਼ਰੀਏ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਜਾਂ ਕੋਈ ਹੈਲਪ ਲੈਣੀ ਹੈ ਉਹ ਲੈ ਸਕਦੇ ਆ। ਆਈ ਮਮਸ ਐਪ ਜਿਹੜਾ ਬਣਾਇਆ ਗਿਆ, ਆਈ ਮਮਸ, ਉਹ ਐਪ ਦੇ ਥਰੂ ਜਿਹੜੀ ਕੋਈ ਵੀ ਗਰਭਵਤੀ ਲੇਡੀ ਹੈਗੀ ਹੈ ਉੱਥੋਂ ਕੋਈ ਨਾ ਕੋਈ ਜਿਹੜੀ ਜਾਣਕਾਰੀ ਉਹਨੂੰ ਚਾਹੀਦੀ ਉਹ ਜ਼ਰੂਰ ਲੈ ਸਕਦੀ, ਐਮਰਜੈਂਸੀ ਹੋਵੇ ਉਹ ਤੋਂ, ਤੇ ਉਹਦੇ ਤੇ ਉਹਨਾਂ ਨੇ ਇੱਕ ਹੈਲਪਲਾਈਨ ਨੰਬਰ ਵੀ ਜਿਹੜਾ ਛੱਡਿਆ ਗਿਆ। ਤੇ ਸਰ ਉੱਥੇ ਜੇਕਰ ਗੱਲ ਕਰੀਏ ਕਿਸਾਨ ਵਰਗ ਦੀ, ਜਿੱਥੇ ਕਰੋਨਾ ਨੇ ਇੱਕ ਅਜਿਹੀ ਮਾਰ ਸਾਰੇ ਜਿਹੜੇ ਕਹਿ ਲਓ ਕਿੱਤਿਆਂ ਦੇ ਉੱਤੇ ਪਾਈ ਹੋਈ ਹੈ, ਉੱਥੇ ਕਿਸਾਨ ਨੂੰ ਕਰੋਨਾ ਦੀ ਵੀ ਤੇ ਕੁਦਰਤ ਦੀ ਵੀ ਜਿਹੜੀ ਮਾਰ ਪਈ ਮਾਰ ਆ, ਬਹੁਤ ਜਗ੍ਹਾ ਦੇ ਉੱਤੇ ਜਿਹੜੀ ਗੜੇ ਮਾਰੀ ਹੋਈ ਆ ਤੇ ਫਸਲ ਦਾ ਕਾਫੀ ਨੁਕਸਾਨ ਹੋਇਆ। ਸਿਰਫ ਜਿਹੜੇ ਛਿੱਟੇ ਨੇ ਕਣਕ ਦੇ ਉਹ ਡਿੱਗ ਪਏ ਨੇ ਖੇਤਾਂ ਦੇ ਵਿੱਚ, ਜਿਹੜੀ ਡਬਲ ਮਾਰ ਆ ਉਹ ਕਿਸਾਨ ਨੂੰ ਉਹ ਪੈ ਰਹੀ ਆ, ਤੇ ਗਵਰਨਮੈਂਟ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਜੀ। ਤੇ ਤੁਸੀਂ ਜਿਹੜਾ ਜਿਵੇਂ ਆਪਾਂ ਮੰਡੀਆਂ ਦੀ ਗੱਲ ਕਰ ਰਹੇ ਸੀਗੇ, ਉਹ ਕੀ ਸਿਸਟਮ ਚੱਲ ਰਿਹਾ ਹੁਣ, ਮਤਲਬ ਕੋਈ ਕਿਸਾਨ ਵੱਲੋਂ ਉਹਦਾ ਵਿਰੋਧ ਤਾਂ ਨਹੀਂ ਕੀਤਾ ਗਿਆ, ਸਾਰੇ ਹੈਪੀ ਨੇ? ਮੰਡੀਆਂ ਦੇ ਵੱਲੋਂ ਜਿਹੜਾ ਮੰਡੀਆਂ 'ਚ ਸਿਸਟਮ ਤਾਂ ਆਪਣੇ ਵੱਲੋਂ ਬਹੁਤ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਵੀ ਜਿਹੜੇ ਆ ਕੂਪਨ ਪਹਿਲਾਂ ਇੱਕ ਅਲਾਓ ਕਰਕੇ ਅਤੇ ਟਰਾਲੀਆਂ ਲਿਆ ਕੇ ਉਹਨਾਂ ਹੀ, ਇਹ ਨਹੀਂ ਹੋ ਰਿਹਾ ਕਿ ਵੀ ਬਹੁਤ ਜ਼ਿਆਦਾ ਮੰਡੀਆਂ 'ਚ ਰਸ਼ ਪਾਇਆ ਜਾਵੇ, ਇੱਕ ਕਿਉਂਕਿ ਇਹ ਦੋ ਤਿੰਨ ਦਿਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਹੋਰ ਰਸ਼ ਵਧੇਗਾ, ਕਿਉਂਕਿ ਬਾਰਿਸ਼ ਆਉਣ ਦੇ ਨਾਲ ਥੋੜ੍ਹੇ ਜਿਹਾ ਦੋ ਤਿੰਨ ਦਿਨ ਬਾਅਦ ਹੀ ਲੇਟ ਹੋਈ ਆ, ਅਤੇ ਜਿੱਦਾਂ ਹੀ ਧੁੱਪ ਦੇ ਦੋ ਦਿਨ ਲੱਗਣਗੇ ਤਾਂ ਇੱਕਦਮ ਬਹੁਤ ਜ਼ਿਆਦਾ ਵਧੇਗਾ, ਉਦੋਂ ਸੰਭਾਲਣ ਦੀ ਮੇਨ ਪ੍ਰਸ਼ਾਸਨ ਦੀ ਜਿਹੜੀ ਆ ਪਰਖ ਦੀ ਘੜੀ ਹੋਏਗੀ। ਲੇਕਿਨ ਇੱਕ ਦੋ ਪਾਸਿਓਂ ਇਹ ਵੀ ਚੀਜ਼ ਸਾਹਮਣੇ ਆਈ ਸੀ ਕਿ ਅੱਜ ਇੱਕ ਨਿਊਜ਼ ਪੇਪਰ ਦੇ ਵਿੱਚ ਜਿਹੜੀ ਆ ਅਹਿਮ ਪ੍ਰਮੁੱਖਤਾ ਦੇ ਨਾਲ ਖਬਰ ਦਿੱਤੀ ਗਈ ਕਿ ਉੱਥੇ ਟਰਾਲੀਆਂ ਨੂੰ ਕੂਪਨ ਦੇਣ ਲਈ ਰਿਸ਼ਵਤ ਲਈ ਜਾਂਦੀ ਆ। ਬਿਲਕੁਲ, ਕਿਉਂਕਿ ਇਸ ਸਮੇਂ ਜੇਕਰ ਸਾਨੂੰ ਕਈਆਂ ਨੂੰ ਲੱਗ ਰਿਹਾ ਕਿ ਸਾਡੀਆਂ ਦੁਕਾਨਾਂ ਬੰਦ ਆ, ਜੇ ਜਿਹੜਾ ਕਿਸਾਨ ਆ ਚਲੋ ਉਹ ਵੀ ਉਹਦਾ ਕੰਮ ਆ, ਉਹਨੂੰ ਕਿਉਂ ਖੋਲ ਦਿੱਤੀ ਗਈ, ਸਾਨੂੰ ਕਿਉਂ ਨਹੀਂ ਦਿੱਤੀ ਗਈ, ਇਹ ਵੀ ਦੇਖਿਆ ਜਾ ਰਿਹਾ। ਪਰ ਉਹ ਕਿਸਾਨ ਅਜਿਹਾ ਜਿਹੜਾ ਕਹਿ ਲਓ ਕਿ ਇੱਕੋ ਇੱਕ ਸਾਧਨ ਹੈਗਾ ਸਾਡੇ ਘਰਾਂ ਤੱਕ ਜਿਹੜਾ ਖਾਣਾ ਪਹੁੰਚਾਉਣ ਵਾਲਾ, ਕਿਉਂਕਿ ਅਸੀਂ ਰੋਟੀ ਤੋਂ ਬਿਨਾਂ ਤਾਂ ਨਹੀਂ ਬਚ ਸਕਦੇ ਨਾ, ਕੱਪੜੇ ਲੀੜੇ ਤੋਂ ਬਿਨਾਂ ਬਚ ਸਕਦੇ ਹਾਂ, ਗੱਡੀਆਂ ਤੋਂ ਕਾਰਾਂ ਤੋਂ ਬਿਨਾਂ ਅਸੀਂ ਬਚ ਸਕਦੇ ਹਾਂ, ਕਿਉਂਕਿ ਹਰ ਇੱਕ ਦਾ ਆਪੋ ਆਪਣਾ ਧੰਦਾ, ਹਰ ਇੱਕ ਦਾ ਆਪੋ ਆਪਣਾ ਰੁਜ਼ਗਾਰ ਹੈਗਾ ਕਮਾਉਣ ਦਾ। ਜਿਹੜਾ ਰਾਸ਼ਨ ਵੀ ਅਗਰ ਸਰਕਾਰਾਂ ਵੱਲੋਂ ਵੰਡਿਆ ਜਾਂਦਾ ਉਹ ਤਾਂ ਹੀ ਵੰਡਿਆ ਜਾਵੇਗਾ ਜੇ ਕਿਸਾਨ ਖੇਤ ਤੋਂ ਵੱਢ ਕੇ ਠੀਕ ਤਰੀਕੇ ਨਾਲ ਮੰਡੀ ਦੇ ਵਿੱਚ ਕਣਕ ਜਿਹੜੀ ਆ ਉਹ ਸਰਕਾਰਾਂ ਨੂੰ ਪਹੁੰਚੇਗੀ, ਹਨਾ। ਜੇ ਅਨਾਜ ਭੰਡਾਰ ਦੇਸ਼ ਦੇ ਭਰਿਓ ਹੋਣਗੇ ਤਾਂ ਹੀ ਉਹ ਜਿਹੜਾ ਜ਼ਰੂਰਤਮੰਦਾਂ ਨੂੰ ਫਰੀ ਰਾਸ਼ਨ ਜਾਂ ਘੱਟ ਰੇਟ ਉੱਤੇ ਰਾਸ਼ਨ ਵੰਡ ਕੇ ਜਿਹੜੀ ਆ ਉਹਨਾਂ ਦੀ ਉਹ ਹੈਲਪ ਕਰ ਸਕਦੇ। ਜੇ ਅਨਾਜ ਦੇ ਭੰਡਾਰ ਹੀ ਨਹੀਂ ਭਰੇ ਹੋਣਗੇ ਕਿੱਥੋਂ ਕਰ ਲੈਣਗੇ, ਜਿਹਦੇ ਘਰ ਕੁਛ ਹੋਏਗਾ ਤਾਂ ਹੀ ਕਿਸੇ ਨੂੰ ਕੋਈ ਖਾਣ ਲਈ ਦੇਗਾ ਨਾ। ਬਿਲਕੁਲ, ਤੇ ਇਸ ਕਰਕੇ ਇਹ ਸਿਸਟਮ ਜਿਹੜਾ ਆ ਉਹ ਵਧੀਆ ਚੱਲਣਾ ਚਾਹੀਦਾ। ਇੱਕ ਮੋਹਾਲੀ ਤੋਂ ਇੱਕ ਮਾੜੀ ਖਬਰ ਆਈ ਸੀ ਕਿ 37 ਦਿਨ ਦੀ ਬੇਟੀ ਜਿਹੜੀ ਸੀ ਬੱਚੀ, ਹਾਂਜੀ ਹਾਂ ਬੱਚੀ, ਉਹ ਕੋਰੋਨਾ ਤੋਂ ਪੀੜਿਤ ਜਿਹੜੀ ਆ ਉਹ ਹੋਈ ਆ। ਬੜੀ ਮਾੜੀ ਗੱਲ ਆ, ਬੱਚੀ ਇਹ ਪੰਜਾਬ ਦੇ ਵਿੱਚ ਸਭ ਤੋਂ ਘੱਟ ਉਮਰ ਦਾ ਪੀੜਿਤ ਜਿਹੜਾ ਬੱਚਾ ਸੀਗਾ। ਬਿਲਕੁਲ ਜੀ, ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਵਾਲੀਆਂ ਨੇ। ਤੇ ਬੱਚਿਆਂ ਤੋਂ ਗੱਲ ਆਈ ਆ ਤਾਂ ਮੇਰੇ ਹਿਸਾਬ ਨਾਲ ਮੰਤਰੀ ਜੀ ਆਪਣੇ ਕੋਲ ਇੱਕ ਮੈਸੇਜ ਆ ਕਿ ਜਿਹੜੇ ਬੱਚੇ ਆ ਉਹ ਕਿੱਦਾਂ ਦੱਸ ਰਹੇ ਨੇ ਕਿ ਘਰ ਦੇ ਅੰਦਰ ਉਹ, ਤੇ ਇਹ ਸੇਫਟੀ ਜਿਹੜੀ ਆ ਉਹਨੂੰ ਰੱਖੋ, ਇਸ ਚੀਜ਼ ਨੂੰ ਇੱਕ ਮੈਸੇਜ ਬੱਚਿਆਂ ਨੇ ਬਹੁਤ ਸੋਹਣਾ ਦਿੱਤਾ, ਤੇ ਮੈਂ ਚਾਹੁੰਦਾ ਹਾਂ ਕਿ ਉਹ ਵੀਡੀਓ ਜਿਹੜੀ ਆ ਸਾਡੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਈ ਜਾਵੇ ਜੀ। ਮੌਜੂਦਾ ਪਰਿਸਥਿਤੀਆਂ ਮੈਂ ਛੋਟੇ ਸੇ ਛੋਟਾ ਪ੍ਰਯਾਸ ਵੀ ਆਪਣਾ ਯੋਗਦਾਨ ਦੇਗਾ।
अब वो आप पे निर्भर करता है कि वो देश हित में होगा या देशद्रोह में। जब सरकार आपको घर पे बैठने को कह रही है तो दिक्कत कहाँ आ रही है? जब ऑफिस में होते हो तब छुट्टी के लिए तुम लोगों को बहाने चाहिए होते हैं, बॉस शादी में जाना है, बॉस वाइफ का बर्थडे है, बॉस पेट दर्द हो रहा है, बॉस डॉक्टर के पास जाना है। अब छुट्टी मिल रही है तो घर पे नहीं टिका जा रहा क्या? और दूसरा, वैसे तो कभी भगवान को याद करते हो नहीं, अब घर पे बैठ के याद करने को बोले है तो कर नहीं रहे हो, तो तुम्हें बाहर जाने की खुजली क्यों मची हुई है? तुम ना एक काम करो, बीटेक्स वाली क्रीम ले आओ, पहले उससे अपनी खुजली मिटाओ, फिर कोरोना से लड़ने की सोचना। अब तो अमिताभ बच्चन जी ने भी बोल दिया, उनकी सुन लो, स्टे होम स्टे सेफ, बाकी राम भरोसे। प्यारे दोस्तों, आज मैं कोविड-19 महामारी से बचने के लिए आपको कुछ जरूरी बातें बताने जा रहा हूँ। सबसे पहले, अपने हाथ साबुन से समय समय पर कम से कम 20 सेकंड तक धोते रहिए, एक दूसरे से दूरी बनाए रखें, और आपको कोई सबसे ज़रूरी काम हो तो ही बाहर जाएं, नहीं तो घर पर ही रहें, मास्क लगा कर बाहर जाएं। स्टे होम स्टे सेफ। प्रोग्राम एक नज़र दे विच मुड़ तो स्वागत है जी थोड़ा। तो तुसी सर देखी वीडियो, बच्चों ने किन्ने वधिया वधिया मैसेज दिते, कहंदे ने कि बच्चे मन के सच्चे, मतलब बच्चों ने बहुत वधिया जिहड़े मैसेज साढ़े तक छड्डे ने कि तुसी होर नहीं किसी पासों किसी की गल सुननी, तुसी बच्चों की गल जिहड़ी मान लो, है ना, क्योंकि यह साडा भविख आ, यह साडा भविख है। जेकर असी अपने घर तो शुरुआत करिए, असी अपने बच्चों नूं जेकर पहल दे आधार ते उन्हां दी सेफ्टी रखिए, तो असी अपना आला दुआला जिहड़ा बिल्कुल अपने आप ही जिहड़ा वो सेफ हो जाणा, है ना, घरों घरी जेकर असी गल करिए। तो जे बच्चे आ जिवें उन्हां दे स्कूल भी बंद ने, वो घरां दे विच अपने पेरेंट्स दे नाल समां बतीत कर रहे ने, उत्थे बहुत सारियां जिहड़ियां चंगीआं गल्लां, हाँ, छुट्टियां तो भी आ गए, मैसेज दे रहे ने कि मम्मा दे नालों जिहड़ी सारी टीचर आ मैम आ वह ज्यादा बैटर है, उन्हां नूं हुण ये फील हो रहा है जी। ते उत्थे ही एक धर्मेंद्र वल्लों पोस्ट, साडे हरमन प्यारे एक्टर जिहड़ा भगवाला दे नाल विशेष संबंध आ जी, उन्हां वल्लों एक तस्वीर पोस्ट कीती गई जिहदे विच उन्होंने कहा कि मैं इस वेले टाइम दे विच सब्जियां फल वगैरह जिहड़ा उगा रहा हां, कहिंदा केले जां होर चीज़ां जिहदा उन्हां दा कहना है कि मार्केट चों बहुत मिल जांदियां, पर अपने हत्थां दी जिहड़ी आ उह सब्जियां ते फल जिहड़े उगा के उन्हां नूं खाणा, उन्हां दा जिहड़ा आ उह इक अलग ही स्वाद आ। ते इह इक बड़ी पॉजिटिव तस्वीर जिहड़ी आ उन्हां ने ट्विटर दे उत्ते शेयर जी। इस लॉकडाउन के समय में असी, मतलब कह लो कि पुरानिया गल्लां दे वल ज़्यादा थोड़ा हो गया, जिथे तुसीं गल कीती जिहड़ी मतलब खेतीबाड़ी, मतलब घरां दे विच ही शुरू कर दित्ती है, निक्के निक्के पहला प्लाट पए सी, चाहे वड्डे प्लाट सीगे, उहनां दे विच घाह उग गया फिरदा सी, हुण उह अपने आप इकट्ठे हो गए, हाँ उह हाँ सुधार हो रहा, उह साफ कीता गया। इवन कई जिहड़ियां सोशल मीडिया ते फोटोआं इदां दीआं पोस्ट कीतीआं गईआं, जिहड़ा कह लो कि फनी तरीके दे नाल घर दे पक्खे जिहड़े साफ कराए जा रहे ने उहनां तों, है ना, ते जिथे चार दिन काम करके, एक मेरे दोस्त आ कहना सी कि काम वाली हटाती, मैं उन्होंने कहा भी घर वाली नूं अपने नूं भगवान ने काम वाली नूं दुआरा बुला, मेरे को होर पोचे झाड़ू नहीं लगता। ਆਹੋ ਕਹਿੰਦੇ ਤੁਸੀਂ ਕਹਿੰਦੇ ਸੀ ਮੈਂ ਤਾਂ ਕੁਛ ਨਹੀਂ ਕਰਦੀ, ਸਾਰਾ ਦਿਨ ਕਰਦੀ ਗਈ ਆ, ਹਨਾ, ਮੇਰੇ ਕੋਲ ਪੁੱਛੇ ਝਾੜੂ ਨਹੀਂ ਲੱਗਦਾ, ਹੁਣ ਕੰਮ ਵਾਲੀ ਦੁਆਰਾ ਬੁਲਾ ਲਾ, ਪਰ ਉਹ ਕਹਿੰਦੇ ਕਿ ਲੋਕ, ਮਤਲਬ ਹਰ ਇੱਕ ਚੀਜ਼ ਦੀ ਸਾਨੂੰ ਅਹਿਮੀਅਤ ਜਿਹੜੀ ਪਤਾ ਲੱਗ ਗਈ ਹੈ, ਹਨਾ। ਹਾਂ ਤੇ ਸਰ ਉੱਥੇ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਜਾਂ ਅਸੀਂ ਆਪਣੇ ਪਰਿਵਾਰਾਂ 'ਚ ਦੇਖ ਰਹੇ ਹਾਂ, ਜਿੰਨੇ ਸਾਡੇ ਨਾਲ ਹੁਣ ਤੱਕ ਪ੍ਰੋਗਰਾਮ ਦੇ ਵਿੱਚ ਕਾਲਰ ਵੀ ਜੁੜੇ ਨੇ, ਉਹ ਵੀ ਇਹ ਕਹਿ ਰਹੇ ਨੇ ਸੀ ਘਰਾਂ ਦੇ ਵਿੱਚ ਜਿਹੜਾ ਬਹੁਤ ਵਧੀਆ ਸਮਾਂ ਬਤੀਤ ਕਰ ਰਹੇ ਆਪਣੀ ਫੈਮਿਲੀ ਨਾਲ, ਪਰ ਫਿਰ ਵੀ ਜਿਹੜੀ ਘਰੇਲੂ ਹਿੰਸਾ ਆ ਉਹ ਇਸ ਲੋਕਡਾਊਨ ਦੇ ਸਮੇਂ ਵੱਧਦੀ ਜਾ ਰਹੀ ਹੈ, ਇਹਦਾ ਕੀ ਕਾਰਨ ਹੋ ਸਕਦਾ? ਉਹਦੇ ਵਿੱਚ ਮਨਪ੍ਰੀਤ ਇਹ ਹੁੰਦਾ ਕਿ ਜਦੋਂ ਇੱਕ ਭਾਂਡੇ ਕੋਲ ਹੋਣਗੇ ਤਾਂ ਖੜਕਣਗੇ ਘਰ ਦੇ ਵਿੱਚ, ਜਿੱਥੇ ਦੋ ਭਾਂਡੇ ਉਹ ਖੜਕਣੇ ਆ। ਸਪੋਜ਼ ਕਰ ਲਓ ਘਰ ਵਾਲਾ ਸਵੇਰ ਨੂੰ ਨਿਕਲ ਗਿਆ ਜਾਂ ਬਿਜ਼ਨਸ ਟੂਰ ਤੇ ਚਲ ਗਿਆ, ਕਿੰਨੇ ਕਿੰਨੇ ਦਿਨ ਮੁੜਨਾ ਲੜਨਾ ਕਿੰਨਾ,
जे वो कोल को रहन गए कितने कितने तो थोड़ी बहुत खिट पिट होएगी लेकिन खिट पिट दे विच भी प्यार हुंदा है ना। ये नहीं है कि भाई जे थोड़ी बहुत खिट पिट हो भी गई है उस विच भी अलग तरह का प्यार हुंदा। कोई किसी नाल गुस्से होकर लड़ता भी ताही है जे उन्हें प्यार करता हो किसी आप बगाने दे नाल कोई लड़के पड़ना नहीं है इस करके बंदा उन्हें लड़िया जाता थोड़ा बहुत जे तू क्योंकि जो हक के नाल किसी ने कुछ कहने तो माड़ी मोटी लड़ाई होती है तो उन्होंने पॉजिटिव लैके अपनी इंग्लैंड तो जी लंडन तो एक मतलब उन्होंने रिपोर्ट जारी की है कि इतने जरा 85 या 55 तो उपर तो बाद जो बजुर्गों की गल कर रहे हैं या 75 की गल कर रहे हैं जेडे वो बजुर्ग है जेकर वो कोरोना पॉजिटिव पाए जाते हैं और ठीक भी हो जाते हैं फिर भी उन्होंने एक साल के लिए जरा लॉकडाउन किया जा सकता क्योंकि उन्होंने दोबारा कहते लक्षण जो पैदा हो सकते हैं क्योंकि उन्होंने सेहत इन्ना उन्होंने साथ नहीं दूगी। मतलब उन्होंने कहा कि सू बजुर्गों जो एक साल के लिए अंदर कंट्रोल लॉकडाउन रखना पैना। इतने एक होर भी चंगी खबर आई है कि अगर आप सब नालों पहला जब पिंड जो नाम आया कोरोना लैके पठलावा जिला नवा शहर टोटल 19 पेशेंट थे एक दी डेथ हो गई थी 18 सी ना ते 17 ठीक होके बजुर्ग भी ने जो हुण ठीक हुए ने 75 साल के करीब लेकिन कोरोना फ्री डिस्ट्रिक्ट नवा शहर भी हो जाएगा इसलिए कहने की जल्दी तो जल्दी छाप छड़ी सारे मरीज बिलकुल ठीक हो चुके जिथे बाहर दे मुल्कां दी गल करिए उत्थे मौतां दा अंकड़ा भी बहुत ज्यादा पीड़ितां दा अंकड़ा भी बहुत ज्यादा ते उत्थे भी जिहड़ा जिहड़े मतलब रिकवर्ड हो रहे ने उन्हां दी गिणती थोड़ी घट हैगी है। किसी किसी कंट्री दे विच इह हैगा कि उत्थे ज्यादा सी रिकवर्ड होण वालिआं दी गिणती पर उत्थे इह देखण नूं मिलिआ जिवें जेकर चीन दी गल करिए उत्थे उह दुबारा जिहड़ा उन्हां दे वायरस दे लक्षण उन्हां च देखे गए ने उह दुबारा जिहड़े पीड़ित होए ने ਮਨਪ੍ਰੀਤ ਉੱਥੇ ਹੀ ਜਿਹੜੀ ਆਪਾਂ ਗੱਲ ਕਰ ਰਹੇ ਕਿ ਆਪਣੇ ਇੱਥੇ ਗਰਮੀ ਵੱਧਦੀ ਪਈ ਆ ਉਸ ਸੰਬੰਧੀ ਜਦੋਂ ਮੇਰੀ ਇੱਕ ਦੋ ਵਾਰ ਗੱਲ ਹੋਈ ਇਸ ਚੀਜ਼ ਦੇ ਜਿਹੜੇ ਸਪੈਸ਼ਲਿਸਟ ਸੀ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਉਦਾਂ ਭਾਵੇਂ ਆਪਾਂ ਕਹਿ ਲਈਏ ਕਿ ਵਾਇਰਸ ਜਿਹੜਾ ਆ ਗਰਮੀ ਵਿੱਚ ਅਸਰ ਕਰਦਾ ਕਿ ਨਹੀਂ ਕਰਦਾ ਇੱਕ ਛੋਟੀ ਜਿਹੀ ਐਗਜ਼ਾਮਪਲ ਉਹਨਾਂ ਨੇ ਦਿੱਤੀ ਕਿ ਇਹ ਥੁੱਕ ਦੇ ਨਾਲ ਬਹੁਤ ਫੈਲਦਾ ਆ ਜਾਂ ਜਦੋਂ ਆਪਾਂ ਛਿੱਕ ਮਾਰਦੇ ਹਾਂ ਜਾਂ ਖੰਘਦੇ ਹਾਂ ਜਦੋਂ ਆਪਣੇ ਅੰਦਰੋਂ ਕੀਟਾਣੂ ਨਿਕਲਦੇ ਆ ਹਵਾ ਦੇ ਵਿੱਚ ਜਾਂ ਉਹ ਕਿਤੇ ਜਾ ਕੇ ਡਿੱਗਦੇ ਨੇ ਉਹ ਫੈਲਦਾ ਆ ਲੇਕਿਨ ਕਹਿੰਦੇ ਜਦੋਂ ਤੁਹਾਡੇ ਗਰਮੀ ਜ਼ਿਆਦਾ ਹੋ ਜਾਏਗੀ ਜਦੋਂ ਕੋਈ ਬੰਦਾ ਥੁੱਕਦਾ ਆ ਜਾਂ ਕਿਸੇ ਜਗ੍ਹਾ ਤੇ ਉਹ ਕੀਟਾਣੂ ਜਾ ਕੇ ਲੱਗਦੇ ਆ ਉਹ ਵਿਦ ਇਨ ਫਿਊ ਮਿੰਟਸ ਇੰਨੀ ਗਰਮੀ ਹੁੰਦੀ ਹੈ ਕਿ ਉਹ ਆਪਣੇ ਆਪ ਜਲ ਕੇ ਖਤਮ ਹੋ ਜਾਏਗਾ ਥੁੱਕ ਜਿਹੜਾ ਪਿਆ ਨਹੀਂ ਰਹੇਗਾ ਕਿਉਂਕਿ ਹੁਣ ਉਹ ਪੈਰਾਂ ਨੂੰ ਲੱਗ ਕੇ ਕਿਸੇ ਦੇ ਘਰ ਦੇ ਅੰਦਰ ਨਹੀਂ ਜਾ ਸਕਦਾ ਇਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਉਹਨਾਂ ਨੇ ਦੱਸੀਆਂ ਕਿ ਜਿਹਦੇ ਨਾਲ ਇਹ ਇਹਨਾਂ ਕਾਰਨਾਂ ਕਰਕੇ ਗਰਮੀ ਦੇ ਵਿੱਚ ਇਹ ਜਿਹੜੇ ਆ ਉਹ ਘੱਟ ਫੈਲਦਾ ਹੈ ਤਾਂ ਹੀ ਕਿਹਾ ਜਾ ਰਿਹਾ ਕਿ ਜਿਹੜਾ ਏਸੀ ਦੇ ਥੱਲੇ ਘੱਟ ਬੈਠੋ ਗਰਮ ਪਾਣੀ ਪੀਓ ਮਤਲਬ ਤੁਹਾਡੀ ਬਾਡੀ ਨੂੰ ਵੀ ਜਿਹੜੀ ਗਰਮਾਹਟ ਮਿਲੇ ਹਨ ਸੋ ਜਿਹੜੇ ਜਿਹੜੇ ਰੂਲ ਜਾਂ ਜਿਹੜੇ ਜਿਹੜੇ ਸਿੰਪਟਮ ਸਾਨੂੰ ਪਤਾ ਹੈਗੇ ਉਹ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੱਸਦੇ ਹਾਂ ਕਿ ਕੀ ਕਿਵੇਂ ਕਰੀਏ ਘਰਾਂ ਦੇ ਵਿੱਚ ਰਹਿ ਕੇ ਲੋਕਡਾਊਨ ਦੇ ਦੌਰਾਨ ਜਾਂ ਇਸ ਤੋਂ ਕਿਵੇਂ ਬਚਿਆ ਜਾ ਸਕੇ ਜਾਂ ਫਿਰ ਕੋਈ ਵੀ ਲੇਟੈਸਟ ਨਿਊਜ਼ ਜਿਹੜੀ ਹੈ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਇਸ ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ ਹੁਣ ਤੱਕ ਦੇ ਲਈ ਇੰਨੀ ਹੀ ਜਾਣਕਾਰੀ ਪ੍ਰਵਾਨ ਕਰੋ ਇਜਾਜ਼ਤ ਦਿਓ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।